ਫਿਲੇ ਮੈਂ ਪੱਟੀ ਵਿਖੇ ਮੌਜੂਦ ਹਾਂ, ਜਿੱਥੇ ਬੀਤੇ ਕੱਲ੍ਹ ਨਿਹੰਗ ਸਿੰਘਾਂ ਦੇ ਬਾਣੇ 'ਚ ਕੁਝ ਵਿਅਕਤੀਆਂ ਵੱਲੋਂ ਪਰਿਵਾਰ 'ਤੇ ਹਮਲਾ ਕੀਤਾ ਗਿਆ ਸੀ, ਪੈਸੇ ਅਤੇ ਲੈਣ ਦੇਣ ਨੂੰ ਲੈ ਕੇ, ਔਰ ਕਿਰਪਾਨਾਂ ਦੇ ਨਾਲ ਵਾਰ ਕੀਤੇ ਗਏ। ਪਰਿਵਾਰ ਦੇ ਜੋ ਦੋ ਜੀ ਜ਼ਖਮੀ ਹੋਏ ਆ ਅਤੇ ਇੱਕ ਦੀ ਜਿਹੜੀ ਮੌਤ ਹਸਪਤਾਲ ਜਾ ਕੇ ਹੋਈ ਹੈ, ਹਸਪਤਾਲ ਇਲਾਜ ਨਾ ਹੋਣ ਕਰਕੇ ਸ਼ਮੀ ਕੁਮਾਰ ਨਾਮਕ ਵਿਅਕਤੀ ਦੀ ਮੌਤ ਹੋਈ ਹੈ। ਤਾਂ ਹੁਣ ਅੰਤਿਮ ਸੰਸਕਾਰ ਪਰਿਵਾਰ ਵੱਲੋਂ ਕੀਤਾ ਜਾ ਰਿਹਾ। ਇਸ ਤੋਂ ਪਹਿਲਾਂ ਪਰਿਵਾਰ ਨੇ ਪੱਟੀ ਦੇ ਕੁੱਲਾ ਚੌਂਕ ਵਿਖੇ ਧਰਨਾ ਲਾਇਆ ਸੀਗਾ ਔਰ ਪੁਲਿਸ ਤੋਂ ਇਹ ਡਿਮਾਂਡ ਰੱਖੀ ਸੀ ਕਿ ਜਦ ਤੱਕ ਗ੍ਰਿਫਤਾਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਤਾਂ ਪੁਲਿਸ ਨੇ ਇਹ ਆਸ਼ਵਾਸਨ ਦਿੱਤਾ ਕਿ 48 ਘੰਟਿਆਂ ਦੇ ਵਿੱਚ ਅਸੀਂ ਜਿਹੜੇ ਦੋਸ਼ੀ ਨੇ ਗ੍ਰਿਫਤਾਰ ਕਰਾਂਗੇ, ਔਰ ਜੇ ਨਹੀਂ ਗ੍ਰਿਫਤਾਰ ਹੋਏ ਤਾਂ ਫਿਰ ਜੋ ਪਰਿਵਾਰ ਚਾਹੇਗਾ ਉਸ ਤਰ੍ਹਾਂ ਕਰ ਲਵੇ। ਪਰ ਪਰਿਵਾਰ ਨੇ ਕਿਹਾ ਜੇ ਅਸੀਂ 48 ਘੰਟੇ ਤੋਂ ਬਾਅਦ ਅਸੀਂ ਫਿਰ ਨੇ ਹੱਥੇ ਰਹੇ, ਅਸੀਂ ਫਿਰ ਸਾਡੇ ਹੱਥ ਕੁਛ ਨਾ ਆਇਆ, ਤਾਂ ਅਸੀਂ ਫਿਰ ਧਰਨੇ 'ਤੇ ਬੈਠ ਜਾਵਾਂਗੇ। ਸੋ ਫਿਲਹਾਲ ਹੁਣ ਅੰਤਿਮ ਰਸਮਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਜਿਸ ਤਰ੍ਹਾਂ ਪਰਿਵਾਰ ਦੇ ਉੱਤੇ ਹਮਲਾ ਕੀਤਾ ਗਿਆ ਨਿਹੰਗ ਸਿੰਘ ਬਾਣੇ 'ਚ ਆਈ ਸੀ 5-7 ਵਿਅਕਤੀਆਂ ਦੇ ਵੱਲੋਂ, ਔਰ ਪੈਸੇ ਦਾ ਲੈਣ ਦੇਣ ਦੇ ਕਰਕੇ ਇਹ ਬੀਤੇ ਕੱਲ੍ਹ ਪੱਟੀ ਵਿਖੇ, ਔਰ ਇਹ ਵੀ ਗੱਲ ਹੈ ਕਿ ਵਾਰਡ ਨੰਬਰ 6 ਪ੍ਰੇਮ ਨਗਰ ਘਰ ਦੇ ਵਿੱਚ ਵੜ ਕੇ ਨਿਹੰਗ ਸਿੰਘ ਇਨੋਵਾ ਗੱਡੀ 'ਤੇ ਸਵਾਰ ਹੋ ਕੇ ਪਹੁੰਚੀ ਸੀ। ਤਾਂ ਪਰਿਵਾਰ ਨੇ ਆਪਣੀ ਜਾਨ ਜਿਹੜਾ ਇੱਟਾਂ ਰੋੜਾ ਚਲਾ ਕੇ ਬਚਾਈ ਹੈ। ਗੱਡੀ ਦੇ ਸ਼ੀਸ਼ੇ ਵੀ ਜਿਹੜੇ ਬੁਰੀ ਤਰ੍ਹਾਂ ਟੁੱਟ ਗਏ ਸੀਗੇ। ਔਰ ਇਸ ਵੇਲੇ ਪੁਲਿਸ ਦਾ ਕਹਿਣਾ ਕਿ ਅਸੀਂ ਗ੍ਰਿਫਤਾਰੀਆਂ ਦੇ ਵਾਸਤੇ ਸੀਨੀਅਰ ਅਧਿਕਾਰੀਆਂ ਦੀ ਟੀਮ ਬਣਾ ਕੇ ਰੇਡ ਕਰਨੀਆਂ ਸ਼ੁਰੂ ਕੀਤੀਆਂ ਹੋਈਆਂ ਨੇ। ਸੋ ਇਸ ਵੇਲੇ ਪੱਟੀ ਸ਼ਹਿਰ ਦੀ ਗੱਲ ਕਰਾਂ ਤਾਂ ਪੂਰੇ ਔਰ ਪਰਿਵਾਰ ਦੇ ਨਾਲ ਇਹ ਰੋਸ ਜਿਤਾਉਣ ਵਾਸਤੇ ਅੱਜ ਕਿਸੇ ਵੀ ਦੁਕਾਨਦਾਰ ਨੇ ਦੁਕਾਨ ਨਹੀਂ ਖੋਲ੍ਹੀ। ਪੂਰਾ ਬਾਜ਼ਾਰ ਬੰਦ ਰਿਹਾ, ਪੂਰਾ ਚੱਕਾ ਜਾਮ ਰਿਹਾ। ਹੁਣੇ ਕੁਝ ਸਮਾਂ ਪਹਿਲਾਂ ਹੀ ਆਵਾਜਾਈ ਜਿਹੜੀ ਹੈ ਉਹ ਸ਼ੁਰੂ ਹੋਈ ਹੈ। ਸੋ ਇਹ ਪਰਿਵਾਰ ਦੀਆਂ ਜੋ ਮਜਬੂਰੀਆਂ ਦੇ ਖਾਤਰ ਸਾਰੇ ਲੋਕ ਇਨਸਾਫ ਲੈਣ ਵਾਸਤੇ ਧਰਨੇ 'ਤੇ ਬੈਠੇ ਰਹੇ ਨੇ। ਸੋ ਹੁਣ ਅੰਤਿਮ ਸੰਸਕਾਰ ਜਿਹੜਾ ਪਰਿਵਾਰ ਦੇ ਵੱਲੋਂ ਸ਼ਮੀ ਕੁਮਾਰ ਦਾ ਕੀਤਾ ਜਾ ਰਿਹਾ। ਔਰ ਦੇਖ ਸਕਦੇ ਹਾਂ ਕਿ ਸ਼ਮਸ਼ਾਨ ਘਾਟ ਦੇ ਵਿੱਚ ਵੀ ਸਾਰੇ ਜਿਹੜੇ ਪੱਟੀ ਸ਼ਹਿਰ ਦੇ ਵਾਸੀ ਇੱਥੇ ਪਹੁੰਚੇ। ਔਰ ਇਹ ਗੱਲ ਪੁਲਿਸ ਨੂੰ ਵੀ ਸਾਰੇ ਪੱਟੀ ਸ਼ਹਿਰ ਵਾਸੀਆਂ ਨੇ ਕਿਹਾ ਏਕਾ ਕਰਕੇ ਕਿ ਜੇ ਇਸ ਤਰ੍ਹਾਂ ਦੀ ਵਾਰਦਾਤ ਹੁੰਦੀ ਹੈ ਤਾਂ ਪੁਲਿਸ ਕੋਈ ਜਵਾਬਦੇਹੀ ਬਣਨੀ ਚਾਹੀਦੀ ਹੈ। ਤਾਂ ਇਸ ਵੇਲੇ ਪਰਿਵਾਰ ਨੇ 48 ਘੰਟੇ ਦਾ ਅਲਟੀਮੇਟਮ ਦੇਣ ਤੋਂ ਬਾਅਦ ਫਿਰ ਹੀ ਜਾ ਕੇ ਸੰਸਕਾਰ ਜਿਹੜਾ ਉਹ ਕਰਨਾ ਸ਼ੁਰੂ ਕੀਤਾ। ਇਸ ਤੋਂ ਪਹਿਲਾਂ ਪੋਸਟਮਾਰਟਮ ਹੋਇਆ ਤਾਂ ਸਿੱਧਾ ਅੰਤਿਮ ਸੰਸਕਾਰ ਪਰਿਵਾਰ ਦੇ ਵੱਲੋਂ ਕੀਤਾ ਜਾ ਰਿਹਾ। ਪਰਿਵਾਰ ਦੇ ਜੀਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਔਰ ਬਾਕੀ ਦੋ, ਇੱਕ ਭਤੀਜਾ ਅਤੇ ਇੱਕ ਪੁੱਤ ਜ਼ਖਮੀ ਹੋਏ ਨੇ, ਉਹਨਾਂ ਦੀ ਵੀ ਜਿਹੜੀ ਹੱਥ 'ਤੇ ਵਾਰ ਹੋਇਆ ਇੱਕ। ਫਿਲੇ ਮੈਂ ਪੱਟੀ ਵਿਖੇ ਮੌਜੂਦ ਹਾਂ, ਜਿੱਥੇ ਬੀਤੇ ਕੱਲ੍ਹ ਨਿਹੰਗ ਸਿੰਘਾਂ ਦੇ ਬਾਣੇ 'ਚ ਕੁਝ ਵਿਅਕਤੀਆਂ ਵੱਲੋਂ ਪਰਿਵਾਰ 'ਤੇ ਹਮਲਾ ਕੀਤਾ ਗਿਆ ਸੀ, ਪੈਸੇ ਅਤੇ ਲੈਣ ਦੇਣ ਨੂੰ ਲੈ ਕੇ, ਔਰ ਕਿਰਪਾਨਾਂ ਦੇ ਨਾਲ ਵਾਰ ਕੀਤੇ ਗਏ। ਪਰਿਵਾਰ ਦੇ ਜੋ ਦੋ ਜੀ ਜ਼ਖਮੀ ਹੋਏ ਆ ਅਤੇ ਇੱਕ ਦੀ ਜਿਹੜੀ ਮੌਤ ਹਸਪਤਾਲ ਜਾ ਕੇ ਹੋਈ ਹੈ, ਹਸਪਤਾਲ ਇਲਾਜ ਨਾ ਹੋਣ ਕਰਕੇ ਸ਼ਮੀ ਕੁਮਾਰ ਨਾਮਕ ਵਿਅਕਤੀ ਦੀ ਮੌਤ ਹੋਈ ਹੈ। ਤਾਂ ਹੁਣ ਅੰਤਿਮ ਸੰਸਕਾਰ ਪਰਿਵਾਰ ਵੱਲੋਂ ਕੀਤਾ ਜਾ ਰਿਹਾ। ਇਸ ਤੋਂ ਪਹਿਲਾਂ ਪਰਿਵਾਰ ਨੇ ਪੱਟੀ ਦੇ ਕੁੱਲਾ ਚੌਂਕ ਵਿਖੇ ਧਰਨਾ ਲਾਇਆ ਸੀਗਾ ਔਰ ਪੁਲਿਸ ਤੋਂ ਇਹ ਡਿਮਾਂਡ ਰੱਖੀ ਸੀ ਕਿ ਜਦ ਤੱਕ ਗ੍ਰਿਫਤਾਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਤਾਂ ਪੁਲਿਸ ਨੇ ਇਹ ਆਸ਼ਵਾਸਨ ਦਿੱਤਾ ਕਿ 48 ਘੰਟਿਆਂ ਦੇ ਵਿੱਚ ਅਸੀਂ ਜਿਹੜੇ ਦੋਸ਼ੀ ਨੇ ਗ੍ਰਿਫਤਾਰ ਕਰਾਂਗੇ, ਔਰ ਜੇ ਨਹੀਂ ਗ੍ਰਿਫਤਾਰ ਹੋਏ ਤਾਂ ਫਿਰ ਜੋ ਪਰਿਵਾਰ ਚਾਹੇਗਾ ਉਸ ਤਰ੍ਹਾਂ ਕਰ ਲਵੇ। ਪਰ ਪਰਿਵਾਰ ਨੇ ਕਿਹਾ ਜੇ ਅਸੀਂ 48 ਘੰਟੇ ਤੋਂ ਬਾਅਦ ਅਸੀਂ ਫਿਰ ਨੇ ਹੱਥੇ ਰਹੇ, ਅਸੀਂ ਫਿਰ ਸਾਡੇ ਹੱਥ ਕੁਛ ਨਾ ਆਇਆ, ਤਾਂ ਅਸੀਂ ਫਿਰ ਧਰਨੇ 'ਤੇ ਬੈਠ ਜਾਵਾਂਗੇ। ਸੋ ਫਿਲਹਾਲ ਹੁਣ ਅੰਤਿਮ ਰਸਮਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਜਿਸ ਤਰ੍ਹਾਂ ਪਰਿਵਾਰ ਦੇ ਉੱਤੇ ਹਮਲਾ ਕੀਤਾ ਗਿਆ ਨਿਹੰਗ ਸਿੰਘ ਬਾਣੇ 'ਚ ਆਈ ਸੀ 5-7 ਵਿਅਕਤੀਆਂ ਦੇ ਵੱਲੋਂ, ਔਰ ਪੈਸੇ ਦਾ ਲੈਣ ਦੇਣ ਦੇ ਕਰਕੇ ਇਹ ਬੀਤੇ ਕੱਲ੍ਹ ਪੱਟੀ ਵਿਖੇ, ਔਰ ਇਹ ਵੀ ਗੱਲ ਹੈ ਕਿ ਵਾਰਡ ਨੰਬਰ 6 ਪ੍ਰੇਮ ਨਗਰ ਘਰ ਦੇ ਵਿੱਚ ਵੜ ਕੇ ਨਿਹੰਗ ਸਿੰਘ ਇਨੋਵਾ ਗੱਡੀ 'ਤੇ ਸਵਾਰ ਹੋ ਕੇ ਪਹੁੰਚੀ ਸੀ। ਤਾਂ ਪਰਿਵਾਰ ਨੇ ਆਪਣੀ ਜਾਨ ਜਿਹੜਾ ਇੱਟਾਂ ਰੋੜਾ ਚਲਾ ਕੇ ਬਚਾਈ ਹੈ। ਗੱਡੀ ਦੇ ਸ਼ੀਸ਼ੇ ਵੀ ਜਿਹੜੇ ਬੁਰੀ ਤਰ੍ਹਾਂ ਟੁੱਟ ਗਏ ਸੀਗੇ। ਔਰ ਇਸ ਵੇਲੇ ਪੁਲਿਸ ਦਾ ਕਹਿਣਾ ਕਿ ਅਸੀਂ ਗ੍ਰਿਫਤਾਰੀਆਂ ਦੇ ਵਾਸਤੇ ਸੀਨੀਅਰ ਅਧਿਕਾਰੀਆਂ ਦੀ ਟੀਮ ਬਣਾ ਕੇ ਰੇਡ ਕਰਨੀਆਂ ਸ਼ੁਰੂ ਕੀਤੀਆਂ ਹੋਈਆਂ ਨੇ। ਸੋ ਇਸ ਵੇਲੇ ਪੱਟੀ ਸ਼ਹਿਰ ਦੀ ਗੱਲ ਕਰਾਂ ਤਾਂ ਪੂਰੇ ਔਰ ਪਰਿਵਾਰ ਦੇ ਨਾਲ
ਇਹ ਰੂਸ ਜਿਤਾਉਣ ਵਾਸਤੇ ਅੱਜ ਕਿਸੇ ਵੀ ਦੁਕਾਨਦਾਰ ਨੇ ਦੁਕਾਨ ਨਹੀਂ ਖੋਲ੍ਹੀ, ਪੂਰਾ ਬਾਜ਼ਾਰ ਬੰਦ ਰਿਹਾ, ਪੂਰਾ ਚੱਕਾ ਜਾਮ ਰਿਹਾ। ਹੁਣੇ ਕੁਝ ਸਮਾਂ ਪਹਿਲਾਂ ਹੀ ਆਵਾਜਾਈ ਜਿਹੜੀ ਹੈ ਉਹ ਸ਼ੁਰੂ ਹੋਈ ਹੈ। ਸੋ ਇਹ ਪਰਿਵਾਰ ਦੀਆਂ ਜੋ ਮਜਬੂਰੀਆਂ ਦੇ ਖਾਤਰ ਸਾਰੇ ਲੋਕ ਇਨਸਾਫ ਲੈਣ ਵਾਸਤੇ ਧਰਨੇ 'ਤੇ ਬੈਠੇ ਰਹੇ ਨੇ। ਸੋ ਹੁਣ ਅੰਤਿਮ ਸੰਸਕਾਰ ਜਿਹੜਾ ਪਰਿਵਾਰ ਦੇ ਵੱਲੋਂ ਸ਼ਮੀ ਕੁਮਾਰ ਦਾ ਕੀਤਾ ਜਾ ਰਿਹਾ, ਔਰ ਦੇਖ ਸਕਦੇ ਹਾਂ ਕਿ ਸ਼ਮਸ਼ਾਨ ਘਾਟ ਦੇ ਵਿੱਚ ਵੀ ਸਾਰੇ ਜਿਹੜੇ ਪੱਟੀ ਸ਼ਹਿਰ ਦੇ ਵਾਸੀ ਇੱਥੇ ਪਹੁੰਚੇ। ਔਰ ਇਹ ਗੱਲ ਪੁਲਿਸ ਨੂੰ ਵੀ ਸਾਰੇ ਪੱਟੀ ਸ਼ਹਿਰ ਵਾਸੀਆਂ ਨੇ ਕਿਹਾ ਏਕਾ ਕਰਕੇ ਕਿ ਜੇ ਇਸ ਤਰ੍ਹਾਂ ਦੀ ਵਾਰਦਾਤ ਹੁੰਦੀ ਹੈ ਤਾਂ ਪੁਲਿਸ ਕੋਈ ਜਵਾਬਦੇਹੀ ਬਣਨੀ ਚਾਹੀਦੀ ਹੈ। ਤਾਂ ਇਸ ਵੇਲੇ ਪਰਿਵਾਰ ਨੇ 48 ਘੰਟੇ ਦਾ ਅਲਟੀਮੇਟਮ ਦੇਣ ਤੋਂ ਬਾਅਦ ਫਿਰ ਹੀ ਜਾ ਕੇ ਸੰਸਕਾਰ ਜਿਹੜਾ ਉਹ ਕਰਨਾ ਸ਼ੁਰੂ ਕੀਤਾ। ਇਸ ਤੋਂ ਪਹਿਲਾਂ ਪੋਸਟਮਾਰਟਮ ਹੋਇਆ ਤਾਂ ਸਿੱਧਾ ਅੰਤਿਮ ਸੰਸਕਾਰ ਪਰਿਵਾਰ ਦੇ ਵੱਲੋਂ ਕੀਤਾ ਜਾ ਰਿਹਾ। ਪਰਿਵਾਰ ਦੇ ਜੀਆਂ ਦਾ ਰੋ ਰੋ ਕੇ ਬੁਰਾ ਹਾਲ ਹੈ, ਔਰ ਬਾਕੀ ਦੋ, ਇੱਕ ਭਤੀਜਾ ਅਤੇ ਇੱਕ ਪੁੱਤ ਜ਼ਖਮੀ ਹੋਏ ਨੇ। ਉਹਨਾਂ ਦੀ ਵੀ ਜਿਹੜੀ ਹੱਥ 'ਤੇ ਵਾਰ ਹੋਇਆ, ਇੱਕ